जाली वाला कि जां ब्लैक भी प्लेन पाई है, कमेंट करके जरूर दसो। बाकी हुण लाइटां लग गईआं वा, टायर अगला पाउणा वा। ਕਿੱਦਾਂ, ਵੈਲਕਮ ਬੈਕ ਟੂ ਮਾਈ ਚੈਨਲ। ਹੋਪ ਤੁਸੀਂ ਸਾਰੇ ਵਧੀਆ ਹੋਗੇ। ਅਤੇ ਅੱਜ ਅਸੀਂ ਆਏ ਹਾਂ ਮੋਟਰਸਾਈਕਲ 'ਤੇ ਸਮੋਕ ਕਰਾਉਣ ਅਤੇ ਇੱਕ ਹੋਰ ਮੋਟਰਸਾਈਕਲ ਨੂੰ ਮੋਡੀਫਿਕੇਸ਼ਨ ਕਰਾਉਣ। ਮੋਡੀਫਾਈ ਕਰਾ ਦੇਣਾ ਜਿਹੜਾ ਮੋਟਰਸਾਈਕਲ ਇੱਕ ਸਾਡਾ ਥੋੜ੍ਹਾ ਜਿਹਾ ਘੱਟ ਮੋਡੀਫਾਈ। ਅਤੇ ਟਾਇਰ ਟੂਰ ਬਾਅਦ ਤੁਹਾਨੂੰ ਪੁੱਛਿਆ ਸੀ ਉਹ ਵਲੋਗ ਦੇ ਵਿੱਚ, ਤੁਸੀਂ ਦੱਸੋ ਕਿੱਦਾਂ ਟਾਇਰ ਟੂਰ ਪਾਈਏ। ਫਿਰ ਟਾਇਰਾਂ ਤੋਂ ਵੀ ਓਕੇ ਕਰ ਦੇਣਾ ਸਾਰਾ ਮਤਲਬ। ਅੱਜ ਜਿਹੜਾ ਇੱਕ ਥੋੜ੍ਹਾ ਜਿਹਾ ਸਾਡਾ ਮੋਟਰਸਾਈਕਲ ਮਗਰ ਐਂਗਲ ਉਂਗਲ ਵੀ ਲੱਗਾ, ਸਟੀਲ ਦਾ ਲਵਾ ਲੂ ਕੇ ਥੋੜ੍ਹਾ ਵਧੀਆ ਕਰ ਦੇਣਾ ਸਾਰਾ। ਅਤੇ ਬਾਕੀ ਵਲੋਗ ਦੇ ਨਾਲ ਜੁੜੇ ਰਹੋ। ਵਲੋਗ ਥੋੜ੍ਹਾ ਛੋਟਾ ਹੋਣਾ ਵਾ, ਬਾਕੀ ਹੱਥ ਪੂਰੀ ਹੋ ਗਈ ਵਿੱਚ ਮੁੰਡੇ ਰਹੇ ਆ, ਵੇਖਣ ਵੇਖਣ ਕੀ ਹਿਸਾਬ ਕਿਤਾਬ ਆ। 90 ਕਰਾਉਣੇ 50 ਕਰਾਉਣੇ, ਨਾਲੇ ਦੱਸੋ ਸਾਰੇ ਕਿਹੜੀ ਵਧੀਆ ਹੁੰਦੀ ਹੈ, ਨੈਮੀਨੇਸ਼ਨ ਵਧੀਆ ਹੁੰਦੀ ਕਿ ਸਮੋਕ ਵਧੀਆ ਹੁੰਦੀ ਹੈ ਸਪਲੈਂਡਰ ਵਾਸਤੇ। ਦੇਖਣ ਚ ਵਲੋਗ ਨੂੰ ਮਿਲਦਾ ਵੀ ਕਿਹੜੀ ਕਰਾਉਣੀ ਹੈ, ਹੁਣ ਤੁਹਾਨੂੰ ਅੱਗੇ ਅੱਗੇ ਦੱਸਦੇ ਹਾਂ ਸਲਾਹ ਕਰਕੇ ਕਿ ਕਿਹੜੀ ਕਰਾਉਂਦੇ ਹਾਂ। ਬਾਕੀ ਤੁਹਾਨੂੰ ਦੱਸਦੇ ਹਾਂ ਵਲੋਗ ਚੱਲੂ ਆ, ਵੇਖਦੇ ਰਹੋ ਕਿੱਦਾਂ। ਫਿਰ ਬੋਲ ਪਾਗਾ ਤੁਸੀਂ ਵਿੱਚ ਮਾੜਾ ਮੋਟਾ ਕਰਦੇ ਆ ਜੀ। ਅੱਜ ਫਿਰ ਆਹ ਮੋਟਰਸਾਈਕਲ ਜਿਹੜਾ ਥੋੜ੍ਹਾ ਜਿਹਾ ਰਹਿੰਦਾ ਸੀ ਨਵਾਂ ਲੈ ਕੇ ਧਿਆਨ ਹੀ ਨਹੀਂ ਦਿੱਤਾ, ਵੀਲ ਅਸੀਂ ਉਦੋਂ ਪਾ ਲਏ ਸੀ। ਬਾਕੀ ਹੁਣ ਲਾਈਟਾਂ ਲੱਗ ਗਈਆਂ ਵਾ, ਟਾਇਰ ਅਗਲਾ ਪਾਉਣਾ ਵਾ, ਸਮੋਕ ਦਾ ਕੰਮ ਮੁੱਕ ਜਾਣਾ ਸਾਰਾ। ਟਰੈਕਟਰ ਦਾ ਕੰਮ ਹੀ ਨਾ ਵਿੱਚ ਤਾਂ ਕਰਕੇ ਜਲਦੀ ਆਣੀ ਨਹੀਂ ਦਿੱਤਾ। ਹਾਂ ਟਰੈਕਟਰ ਕਰਕੇ ਥੋੜ੍ਹਾ ਜਿਹਾ ਹਾਲ ਹੈ, ਬਾਕੀ ਦੀ ਮਿਸ ਕਰਨੇ ਟਰੈਕਟਰ ਦੇ ਲੋਕ। ਹਾਂ ਟਰੈਕਟਰ ਵਾਲੇ ਲੋਕ ਵੀ ਆਉਣਗੇ ਛੇਤੀ, ਹੁਣ ਟਰੈਕਟਰ 'ਤੇ ਵੀ ਬੜਾ ਕਰਾਉਣੀ ਮੋਡੀਫਿਕੇਸ਼ਨ। ਹੁਣ ਹੈਂਡਲ ਹੁੰਡਲ ਅੱਜ ਪਤਾ ਕਰਦੇ ਹਾਂ, ਸਲੰਸਰ ਸਲੰਸਰ ਹੋਏ ਸਲੰਸਰ ਸਲੰਸਰ ਅੱਜ ਪਤਾ ਕਰਕੇ ਜਾਂਦੇ ਹਾਂ ਟਰੈਕਟਰ ਦਾ, ਅਤੇ ਵਲੋਗ ਤੁਹਾਨੂੰ ਉਹਦਾ ਵੀ ਪਾਊਗਾ ਛੇਤੀ। ਕਰੋ ਲੁੱਕ ਚੈੱਕ, ਵੋ ਮਿੱਤਰੋ ਅੱਜ ਅਸੀਂ ਵੇਖਣੀ ਇਹ ਪਾਉਣਾ ਨਹੀਂ ਆ। ਕਮੈਂਟਾਂ ਦੇ ਵਿੱਚ ਦੱਸੋ ਕਿਹੜਾ ਪਾਈਏ, ਸਿਲਵਰ ਪਾਈਏ ਕਿ ਜਾਂ ਬਲੈਕ ਪਾਈਏ। ਟਰੈਕਟਰ ਨੂੰ ਤੁਹਾਨੂੰ ਪਤਾ ਹੀ ਆ, ਜਿਹੜੇ ਪੁਰਾਣੇ ਵਲੋਗ ਜਿਹੜੇ ਵਹਿੰਦੇ ਆ ਕਿ ਟਰੈਕਟਰ ਨੂੰ ਅਸੀਂ ਮੋਡੀਫਿਕੇਸ਼ਨ ਕਰਾਉਣ ਡੇ ਹੌਲੀ ਹੌਲੀ। ਹੋਰ ਵੀ ਸਲੰਸਰ ਹੈਗੇ ਉੱਦਾਂ, ਤੁਸੀਂ ਉੱਦਾਂ ਦੱਸੋ ਸਿਲਵਰ ਪਾਈਏ ਕਿ ਜਾਲੀ ਵਾਲਾ ਪਾਈਏ ਜਾਂ ਪਲੇਨ ਪਾਈਏ, ਬਲੈਕ ਪਾਈਏ ਜਾਲੀ ਵਾਲਾ ਕਿ ਜਾਂ ਬਲੈਕ ਵੀ ਪਲੇਨ ਪਾਈਏ। ਕਮੈਂਟ ਕਰਕੇ ਜ਼ਰੂਰ ਦੱਸੋ ਕਿੱਦਾਂ ਕਰੀਏ, ਫਿਰ ਅਸੀਂ ਉਹ ਲੈ ਜਾਵਾਂਗੇ। ਕਾਲੀਆਂ ਪੱਟੀਆਂ ਵਾਲਾ ਵਾ 585।
ਨਾਲੇ ਜਿਹੜੀ ਗੱਲ ਤੁਹਾਨੂੰ ਮੈਂ ਦੱਸੀ ਜਿਹੜੀ ਹਾਂ ਕਿ ਅਸੀਂ ਸਿਸਟਮ ਲਵਾਇਆ ਵੱਡਾ ਹਾਂਜੀ ਕਿਉਂਕਿ ਅਸੀਂ ਜੇ ਕੋਲ ਲਵਾਇਆ ਉਹ ਵੀ ਕਹਿੰਦੇ ਹਾਂਜੀ ਹਾਂਜੀ ਜੈਨੂਇਨ ਜੀ ਲੱਗਣੀ ਨਾਲੇ ਚੱਲ ਫਿਰ ਵੇਚ ਲੈਨੇ ਆ ਵੇਚ ਲੈ ਰੇਟ ਪਤਾ ਕਰ ਲੈ ਲਿਆਂਦਾ ਕੀ ਆ ਹੈਂਡਲ ਵੇਖ ਕੇ ਆਏ ਫਿਰ ਬਸ ਹੁਣ ਹੋ ਜਾ ਲੱਗਾ ਕੰਮ ਸਾਰਾ ਕਰਕੇ ਹੋਣੇ ਦਾ ਲੱਗਾ ਲਓ ਵੀ ਪੰਨੀ ਦੱਸ ਲੈਣ ਲੱਗੇ ਉਹ ਟੈਂਕੀ ਟਾਈਮਿੰਗ ਚੈੱਕ ਕਰਿਓ ਕਰੋ ਚੈੱਕ ਘੈਂਟ ਕੰਮ ਬਾਈ ਦਾ ਪੂਰਾ ਬਾਈ ਜੇ ਟਿਕਾ ਲਵਾਉਣ ਲੱਗੇ ਹੋ ਤੇ ਸਟੋਪਰਾਂ ਦੇ ਉੱਤੇ ਸਮੋਕ ਹੋਵੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਲੱਗਦਾ ਪਿਆ ਬਸ ਘੈਂਟ ਹੀ ਲੱਗਣਾ ਵਾ ਇਹਨਾਂ ਕਿਤੇ ਪਤਾ ਸਾਨੂੰ ਕਰੋ ਚੈੱਕ ਫਿਰ ਘੈਂਟ ਲੱਗਦਾ ਪਿਆ ਘੈਂਟ ਲੱਗਣ ਡਿਆ ਲੋ ਵੀ ਮਿੱਤਰੋ ਮੈਂ ਆ ਗਿਆ ਪਹਿਲਾਂ ਮੁੰਡੇ ਡੇ ਮੋਟਰਸਾਈਕਲ ਬਣਾਉਣਾ ਅਸੀਂ ਲਾਲੀ ਜਿੰਮ ਜੁੰਮ ਉਹ ਭਾ ਦੇਖ ਨਹੀਂ ਜਾਂਦੇ ਅਤੇ ਮੋਟਰਸਾਈਕਲ ਮੁੰਡੇ ਲਿਆਏ ਆ ਬਣਾ ਕੇ ਐਂਡ ਗੱਲਬਾਤ ਕਰਾਤੀ ਆ ਸ਼ੋਟ ਸ਼ਾਟ ਬਣਾਏ ਆ ਵਿੱਚ ਐਡ ਕਰਾਂਗੇ ਬਾਕੀ ਗੱਲ ਵੀ ਪੂਰੀ ਬਣਾਈ ਆ ਇਹਨਾਂ ਨੇ ਕਰੋ ਚੈੱਕ ਤੁਸੀਂ ਹਾਂ ਵੀ ਓਕੇ ਰਿਪੋਰਟਾਂ ਪੂਰੀਆਂ ਉਹ ਅਗਲੀ ਲਾਈਟ ਤੇ ਵਿਖਾ ਪਿੱਛੇ ਕਰਕੇ ਥੋੜ੍ਹੀ ਜੀ ਉਹ ਜਿਹੜੀ ਐਲ ਬਾਕੀ ਸਮੋਕ ਤੁਸੀਂ ਚੈੱਕ ਕਰ ਸਕਦੇ ਹਾਂ ਪੂਰਾ ਮੋਟਰਸਾਈਕਲ ਰੈਡੀ ਕਰਾ ਦਿੱਤਾ ਵਾ ਇਹੋ ਘੱਟ ਹੀ ਥੋੜ੍ਹਾ ਜਿਹਾ ਹੋ ਗਿਆ ਵਾ ਪੂਰਾ ਐਂਡ ਅਤੇ ਅੱਗੇ ਤੁਹਾਨੂੰ ਦੱਸਿਆ ਵਾ ਕਮੈਂਟਾਂ ਦੇ ਵਿੱਚ ਦੱਸੋ ਜੋ ਜੋ ਮੋਡੀਫਿਕੇਸ਼ਨ ਕਰਾਉਣੀ ਆ ਉੱਦਾਂ ਉੱਦਾਂ ਹੋਈ ਜਾਊਗੀ ਲਾਈਟ ਚੈੱਕ ਕਰੋ ਤੁਸੀਂ ਅਗਲੇ ਮੁੰਡੇ ਐਲ ਬਣਾ ਕੇ ਦਏ ਆ ਅਤੇ ਚਲੋ ਜੇ ਵਲੋਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਲਾਈਕ ਕਮੈਂਟ ਅਤੇ ਸ਼ੇਅਰ ਮਿਲਦੇ ਹਾਂ ਅਗਲੀ ਵੀਡੀਓ 'ਚ ਟਿਲ ਦੈਨ ਬਾਏ ਬਾਏ।